ਅੱਜ ਲੁਧਿਆਣਾ ਦੇ ਯੂਨਾਈਟਿਡ ਸਾਈਕਲ ਪਾਰਟਸ ਦੀ ਇੱਕ ਅਹਿਮ ਬੈਠਕ ਹੋਈ, ਜਿਸ ਵਿੱਚ 5 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ 24 ਅਲੱਗ ਅਲੱਗ ਅਹੁਦਿਆਂ ਦੇ ਨੋਮੀਨੇਸ਼ਨ ਫਾਰਮ ਭਰੇ ਗਏ। ਚੋਣਾਂ ਦਾ ਨਤੀਜਾ 5 ਸਤੰਬਰ ਨੂੰ ਚੋਣਾਂ ਤੋਂ ਬਾਅਦ ਸ਼ਾਮ ਵੇਲੇ ਦੱਸਿਆ ਜਾਵੇਗਾ। ਸਾਡੀ ਜਿਹੜੀ ਅੱਜ UCPM ਦੀ ਅੱਜ ਨੋਮੀਨੇਸ਼ਨ ਦਾ ਅੱਜ ਆਖਰੀ ਦਿਨ ਸੀਗਾ, ਔਰ ਜਿੰਨੀਆਂ ਕਈ ਆਈਆਂ ਨੋਮੀਨੇਸ਼ਨਾਂ ਸਾਰੀਆਂ ਸਹੀ ਪਾਈ ਗਈਆਂ, ਔਰ ਜਿਹੜਾ ਕਿ ਅਸੀਂ ਇਲੈਕਸ਼ਨ ਕਰਾ ਰਹੇ ਹਾਂ, ਸਾਡੀ ਇਲੈਕਸ਼ਨ ਕਮੇਟੀ ਜਿਹੜੀ ਹੈਗੀ ਆ ਬੜੀ ਇਹ ਅੱਛੇ ਤਰੀਕੇ ਨਾਲ ਔਰ ਸਾਰਾ ਕੰਮ ਕਰ ਰਹੀ ਆ, ਔਰ ਮੈਨੂੰ ਉਮੀਦ ਆ ਕਿ ਜਿਹੜੀਆਂ ਸਾਡੀਆਂ ਚੋਣਾਂ ਆ ਇਹ ਇਲੈਕਸ਼ਨ ਕਮੇਟੀ ਦੀ ਰਹਿਨੁਮਾਈ 'ਚ ਬਹੁਤ ਵਧੀਆ ਚੱਲਣਗੀਆਂ ਔਰ ਸ਼ਾਂਤਮਈ ਚੱਲਣਗੀਆਂ, ਔਰ ਕੋਈ ਇਹਦੇ 'ਚ ਕੋਈ ਇੱਦਾਂ ਦੀ ਕੋਈ ਮਨ 'ਚ ਭੇਦਭਾਵ ਲੈ ਕੇ ਨਹੀਂ ਚੱਲਣਗੇ, ਔਰ ਅਸੀਂ ਜਿਹੜਾ ਵੀ ਇਲੈਕਸ਼ਨ ਕਮੇਟੀ ਸਾਡੀ ਹੈਗੀ ਆ ਇਲੈਕਸ਼ਨ ਬੜੀ ਅੱਛੀ ਤਰੀਕੇ ਨਾਲ ਕਰਾਊਗੀ, ਔਰ ਜਿਹੜਾ ਕਿ ਸਮਾਂ 5 ਤਰੀਕ ਨੂੰ ਅਸੀਂ ਇਲੈਕਸ਼ਨ ਦਾ ਨਿਸ਼ਚਿਤ ਕੀਤਾ ਆ ਉਹਦੇ ਵਿੱਚ ਅਸੀਂ ਸਵੇਰ ਤੋਂ ਲੈ ਕੇ 5 ਵਜੇ ਤੱਕ ਅਸੀਂ ਉਹ ਇਲੈਕਸ਼ਨ ਕਰਾਉਣੀ ਆ, ਵੋਟਿੰਗ ਕਰਾਉਣੀ ਆ, ਅਤੇ ਔਰ ਬੜੀ ਸ਼ਾਂਤ ਮਾਹੌਲ ਨਾਲ ਅਸੀਂ ਇਹ ਕਰਾਵਾਂਗੇ, ਔਰ ਮੈਨੂੰ ਉਮੀਦ ਆ ਕਿ ਜਿਹੜੀ ਅੱਗੋਂ ਚੋਣ ਹੋਣੀ ਆ ਉਹ ਸਾਈਕਲ ਇੰਡਸਟਰੀ ਦੇ ਲਈ ਬਿਹਤਰ ਲਈ ਚੱਲੇ ਕੰਮ। ਥੈਂਕ ਯੂ। ਟਿੰਕੂ ਦੀ ਰਿਪੋਰਟ, KDT ਨਿਊਜ਼, ਲੁਧਿਆਣਾ।